दोस्तों सुखसिंदर सिंधा का इंटरव्यू होया सी जिस दे विच उसने सिद्धू मूसेवाला ते ड्रेक दे बारे गलबात की आ। जी हाँ दोस्तों, लै चलते हैं उस वीडियो क्लिप दे वल। सो तुहानूं बेनती है वीडियो नूं शेयर जरूर करियो। ਦੇਖਦੇ ਲੋਕੀ ਸਪੋਟੀਫਾਈ ਤੇ ਲੱਗੇ ਆ, ਕਦੇ ਡਰੇਕ ਦਾ ਸੁਣ ਲਿਆ, ਕਦੇ ਉਹਦਾ ਸੁਣ ਲਿਆ, ਕਦੇ ਏਦਾਂ ਵਿੱਚ। ਲੇਕਿਨ ਜਿਹੜਾ ਸਿੱਧੂ ਮੂਸੇਵਾਲੇ ਦਾ ਉਹਦਾ ਬਹੁਤ ਕਰੇਜ਼ ਆ, ਅਜੇ ਤੱਕ ਵੀ ਯੰਗਸਟਰ ਮੇਰੇ ਬੱਚੇ ਵੀ ਸੁਣਦੇ, ਸਾਰੇ ਦੁਨੀਆ ਸੁਣਦੇ ਆ। ਸੋ ਬਹੁਤ ਫੀਲ ਸੈਡ ਹੈ ਨਾ ਵੀ ਉਹ ਚੱਲ ਗਿਆ ਛੇਤੀ। ਬਿਲਕੁਲ, ਉਹ ਮਿਊਜ਼ਿਕ ਨੂੰ ਡਿਫਰੈਂਟ ਲੈਵਲ ਤੇ ਲੈ ਕੇ ਗਏ ਸੀ। ਤੁਹਾਨੂੰ ਪਤਾ ਕਿ ਦੂਰਿਆਂ ਦੇ ਵਿੱਚ ਨਾਲੇ ਸਾਦਾ ਜਿਹਾ ਬੰਦਾ ਯਾਰ, ਸਰਦਾਰ, ਕਿਆ ਬਾਤ ਜੀ, ਬਹੁਤ ਹੀ ਮਿੱਟੀ ਨਾਲ ਜੁੜਿਆ ਹੋਇਆ ਇਨਸਾਨ। ਕੋਈ ਏਦਾਂ ਨਹੀਂ ਵੀ ਏਦਾਂ ਪਾਇਆ ਹੋਆ, ਕੋਈ ਸਾਦਾ ਕੁੜਤਾ ਪਜਾਮਾ। ਬੜੇ ਮਾਣ ਵਾਲੀ ਗੱਲ ਹੈ ਭਾਜੀ, ਤੁਸੀਂ ਡਰੇਕ ਦੀ ਗੱਲ ਕੀਤੀ। ਡਰੇਕ ਮਤਲਬ ਇਹੋ ਜਿਹਾ ਇਕੱਲਾ ਇੰਟਰਨੈਸ਼ਨਲ ਬੰਦਾ ਸੀ ਜਿਹਨੂੰ ਸਾਰੇ ਫੋਲੋ ਕਰਦੇ ਤੇ ਉਹ ਸਿੱਧੂ ਨੂੰ ਫੋਲੋ ਕਰਦੇ। ਬਹੁਤ ਵੱਡੀ ਗੱਲ, ਬਹੁਤ